ਜੀ ਵਾਪਡਾ ਦੀ ਨਾਇਲੀ ਦੀ ਵਜ੍ਹਾ ਤੋਂ ਅੱਜ ਮੌਜਾ ਵੱਢਣ ਦੇ ਵਿੱਚ ਇੱਕ ਭੇਡ ਜਿਹੜੀ ਹੈ ਉਹ ਕਰੰਟ ਲੱਗਣ ਨਾਲੋਂ ਮਰ ਗਈ ਮੌਕੇ 'ਤੇ ਅਤੇ ਉਸ ਤੋਂ ਬਾਅਦ ਟਰਾਫ ਫਾਰਮ ਅਰਸਦ ਰਾਜ ਤੋਂ ਸ਼ਾਟ ਹੈ ਨਾ ਵਾਪਡੇ ਵਾਲੇ ਕਦੇ ਚੈੱਕ ਕੀਤਾ ਹੈ ਆਹ ਕਾਫੀ ਦਫ਼ਾ ਲੋਕ ਆ ਜਿਹੜੇ ਵੱਢਣ ਦੇ ਲੋਕ ਇਹਨਾਂ ਮੌਜਾ ਵੱਢਣ ਦੇ ਲੋਕ ਇਹਨਾਂ ਦਰਖਾਸਤਾਂ ਹੀ ਦਿੱਤੀਆਂ ਅਪੀਲ ਹੀ ਕੀਤੀ ਇਹਨਾਂ ਦੇ ਅੱਗੇ ਐਸ ਡੀ ਓ ਸਾਹਿਬ ਜਿਹੜੇ ਹਨ ਸਾਡੇ ਉਹਨਾਂ ਦੇ ਜਿਹੜੇ ਕੱਲ੍ਹ ਤੋਂ ਜੂ ਤੱਕ ਨਹੀਂ ਰਹੇਗੀ ਅਤੇ ਮਿਹਰਬਾਨੀ ਫਰਮਾ ਕੇ ਇਸ ਤੋਂ ਇਲਾਵਾ ਹੁਣ ਕੋਈ ਜ਼ਾਲ ਹੋ ਸੀ ਅਤੇ ਉਹਦੇ ਜ਼ਿੰਮੇਵਾਰ ਵਾਪਡਾ ਵਾਲੇ ਹੋ ਸਨ ਮਿਹਰਬਾਨੀ ਅਤੇ ਬਰਾਏ ਮਿਹਰਬਾਨੀ ਇਹਨੂੰ ਜਲਦੀ ਠੀਕ ਕੀਤਾ ਜਾਵੇ ਕੱਲ੍ਹ ਨੂੰ ਕੋਈ ਸਾਡਾ ਬੱਚੇ ਨੂੰ ਅਰਥ ਲੱਗ ਗਿਆ ਅਤੇ ਐਸ ਡੀ ਓ ਅਤੇ ਉਸ 'ਤੇ ਕੇਸ ਹੋ ਸੀ ਵਾਪਡੇ ਵਾਲਿਆਂ 'ਤੇ ਕੇਸ ਹੋ ਸੀ ਇਹਦੇ ਵਿੱਚ ਕੋਈ ਡੀ ਵਗੈਰਾ ਨਹੀਂ ਲੱਗੀ ਹੋਈ ਇਹ ਐਵੇਂ ਕੁੰਡੀਆਂ ਪਾ ਕੇ ਉਹ ਠੋਕ ਗਿਆ ਬਰਾਏ ਮਿਹਰਬਾਨੀ ਇਹਨੂੰ ਜਲਦ ਅਜ ਜਲਦ ਇਹਦੇ ਬਾਰੇ ਕੋਈ ਸੋਚਿਆ ਜਾਵੇ ਵਰਨਾ ਕੋਈ ਕੱਲ੍ਹ ਨੂੰ ਕੋਈ ਇਹਦੇ ਉੱਤੇ ਹੋਇਆ ਮਸਲਾ ਮਸਾਇਲ ਉਹਦਾ ਜ਼ਿੰਮੇਦਾਰ ਸਿਰਫ ਔਰ ਸਿਰਫ ਵਾਪਡੋ ਸੀ ਇਹ ਵੇਖ ਸਕਦੇ ਹੋ ਕਿ ਭੇਡ ਮੌਕੇ 'ਤੇ ਜਾਂ ਬਾਕ ਹੋ ਗਈ ਹੈ ਅਤੇ ਕੱਲ੍ਹ ਨੂੰ ਕੋਈ ਸਾਡਾ ਬੱਚਾ ਕੋਈ ਫੈਮਿਲੀ ਮੈਂਬਰ ਕੋਈ ਉੱਥੋਂ ਦਾ ਰਿਹਾਇਸ਼ੀ ਕਿਹਨੂੰ ਕਰੰਟ ਆਇਆ ਹੋਣਾ ਸੀ ਅੱਗੋਂ ਡਿੰਗਰ ਪਾ ਕੇ ਇਹਦੇ ਅੱਗੋਂ ਯਾਨੀ ਕਿ ਰੱਖ ਦਿੱਤਾ ਕਿ ਕੋਈ ਕੱਲ੍ਹ ਨੂੰ ਕੋਈ ਨੁਕਸਾਨ ਨਾ ਹੋਵੇ ਬਰਾਏ ਮਿਹਰਬਾਨੀ ਵਾਪਡੇ ਦੇ ਸਾਹਮਣੇ ਅਪੀਲ ਕੀਤੀ ਜਾਂਦੀ ਹੈ ਕਿ ਇਹਨੂੰ ਜਲਦ ਅਜ ਜਲਦ ਠੀਕ ਕੀਤਾ ਜਾਵੇ ਇਹਦੇ ਕਿਹੜੇ ਉੱਤੇ ਕੰਮ ਹੋਣ ਵਾਲਾ ਉਹ ਜਲਦੀ ਕਰਾਓ ਤੁਸੀਂ ਬਿੱਲ ਲੈਣ ਤਾਂ ਮੌਕੇ 'ਤੇ ਆ ਜਾਂਦੇ ਹੋ ਕਿਸੇ ਦਾ ਇੱਕ ਮਹੀਨੇ ਦਾ ਬਿੱਲ ਨਾ ਤਰੇ ਤੁਸੀਂ ਆ ਜਾਂਦੇ ਹੋ ਬਰਾਏ ਮਿਹਰਬਾਨੀ ਮੁੜ ਅਪੀਲ ਕਰ ਰਹੇ ਹਾਂ ਕਿ ਇਹਨੂੰ ਜਲਦ ਅਜ ਜਲਦ ਠੀਕ ਕੀਤਾ ਜਾਵੇ ਅੱਲਾ ਹਾਫਿਜ਼ ਸ਼ੁਕਰੀਆ